2022 ਦੀਆਂ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਤੇ ਉਸ ਤੋਂ ਅਗਲਾ ਦਿਨ ਨੇਤਾ ਜੀ ਟੈਨਸ਼ਨ ਦੇ ਵਿੱਚ ਨੇ ਜਾਂ ਫੁਰਸਤ ਦੇ ਵਿੱਚ ਨੇ ਇਸ ਦੇ ਵਿੱਚ ਅਸੀਂ ਜਾਣਾਂਗੇ ਕਿ ਅੱਜ ਨੇਤਾ ਜੀ ਕੀ ਕਰ ਰਹੇ ਨੇ ਸਾਡੇ ਨਾਲ ਮजूद ਨੇ ਲਖਵੀਰ ਸਿੰਘ ਲੋਦੀ ਲੋਦੀ ਨੰਗਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਲੋਦੀ ਨੰਗਲ ਸਾਹਿਬ ਕਿਵੇਂ ਟੈਨਸ਼ਨ ਚੋਂ ਜਾਂ ਅੱਜ ਫਿਰ ਫੁਰਸਤ ਆ ਜਾਂ ਕਿਵੇਂ ਕੀ ਮਾਹੌਲ ਕੀ ਹਾਲਾ ਨਹੀਂ ਅੱਜ ਦਾ ਬਹੁਤ ਕੌਨਫੀਡੈਂਟ ਵਾਲਾ ਮਾਹੌਲ ਆ ਬਹੁਤ ਵਧੀਆ ਇਲੈਕਸ਼ਨ ਬੜੀ ਕਾਮਯਾਬ ਤਰੀਕੇ ਨਾਲ ਸ਼ਾਂਤਮਈ ਇਲੈਕਸ਼ਨ ਹੋਈ ਆ ਆ ਸਾਥੀ ਸਾਰੇ ਸੀਨੀਅਰ ਸਾਡੇ ਸਾਥੀ ਨੇ ਪ੍ਰਧਾਨ ਨੇ ਪਾਰਟੀ ਦੇ ਪ੍ਰਧਾਨ ਨੇ ਨਗਰ ਕਾਉਂਸਲ ਦੇ ਪ੍ਰਧਾਨ ਨੇ ਸਾਰੇ ਜੂਥ ਦੇ ਪ੍ਰਧਾਨ ਨੇ ਸਾਰੇ ਸੀਨੀਅਰ ਸਾਥੀ ਬੈਠੇ ਆ ਕਾਉਂਸਲਰ ਸਾਹਿਬਾਨ ਬੈਠੇ ਨੇ ਸਰਪੰਚ ਸਾਹਿਬਾਨ ਬੈਠੇ ਨੇ ਸਵੇਰ ਦਾ ਘਟੂ ਘੜ 4-500 ਸਾਥੀ ਵੱਖੋ ਵੱਖ ਪਿੰਡਾਂ ਦੇ ਵਿੱਚੋਂ ਹੋ ਕੇ ਗਿਆ ਆ ਔਰ ਬੜੀ ਤਸੱਲੀ ਆ ਕਿ ਬੜੇ ਅچھے ਤਰੀਕੇ ਦੇ ਨਾਲ ਅਲੀਦਲ ਦੇ ਵਰਕਰਾਂ ਨੇ ਜੋਸ਼ ਦੇ ਨਾਲ ਤੇ ਹੌਸ਼ ਦੇ ਨਾਲ ਐਕਸ਼ਨ ਲੜੀ ਆ ਔਰ ਹਰ ਬੂਥ ਸਾਡਾ ਜਿਹੜਾ ਉਹ ਲੀਡ ਕਰ ਰਿਆ ਇਸ ਕਰਕੇ ਟੈਨਸ਼ਨ ਤੇ ਖਿਆਲ ਜ਼ਿੰਦਗੀ 'ਚ ਕਦੀ ਲਈ ਨਹੀਂ ਆਪਾਂ ਰੱਬ ਦੇ ਉੱਤੇ ਭਰੋਸਾ ਰੱਖਦੇ ਹਾਂ ਪ੍ਰਮਾਤਮਾ ਜਦੋਂ ਤੁਹਾਡੇ ਅੰਗ ਸੰਗ ਹੁੰਦਾ ਤੇ ਕਾਮਯਾਬੀਆਂ ਫਿਰ ਤੁਹਾਡੇ ਪੈਰ ਚੁੰਮਦੀਆਂ ਨੇ ਤੋ ਇਸ ਕਰਕੇ ਸਾਨੂੰ ਖੁਸ਼ੀ ਆ ਔਰ ਚਾਰ ਫੇਰੋ ਚੰਗੀਆਂ ਠੰਡੀਆਂ ਹਵਾਵਾਂ ਵੀ ਮਨ ਦੇ ਵਿੱਚ ਹੁੰਦਾ ਨਾ ਕਿ ਬੂਥ ਪੋਲਿੰਗ ਹੋ ਚੁੱਕੀ ਆ ਪਤਾ ਨਹੀਂ ਕੀ ਰਿਜ਼ਲਟ ਰਹਿਣ ਵਾਲੇ ਕਿਉਂਕਿ ਫਾਈਟ ਬਹੁਤ ਤਕੜੀ ਸੀਗੀ ਦਰਸਲ ਇਸ ਤਰ੍ਹਾਂ ਦੀ ਫਾਈਟ ਤੇ ਕਿਸੇ ਵੀ ਕਦੀ ਫਾਈਟ ਨੂੰ ਮਾਰੀ ਨਹੀਂ ਸਮਝਣਾ ਚਾਹੀਦਾ ਕਾਮਯਾਬੀ ਆਦਮੀ ਉਹ ਹੁੰਦਾ ਜਿਹੜਾ ਫਾਈਟ ਨੂੰ ਤਕੜੀ ਸਮਝ ਕੇ ਲੜਦਾ ਜੇ ਫਾਈਟਰ ਨੂੰ ਤਕੜੀ ਸਮਝੋਗੇ ਤੇ ਫਿਰ ਤੁਸੀਂ ਯੋਰ ਨਾਲ ਲੜੋਗੇ ਅਸੀਂ ਕਿਉਂਕਿ ਸੱਤ ਵਿੱਚ ਵੀ ਇਸੇ ਮੰਤਰੀ ਜੀ ਦੇ ਖਿਲਾਫ ਇਲੈਕਸ਼ਨ ਲੜੀ ਸੀ ਉਦੋਂ ਵੀ ਅਸੀਂ ਕਾਮਯਾਬ ਹੋਏ ਸੀ ਖੁਸ਼ੀ ਦੇ ਨਾਲ ਸਾਰੇ ਲੋਕ ਜਿਹੜੇ ਵਧਾਈਆਂ ਦੇਣ ਵਾਸਤੇ ਸਵੇਰ ਦੇ ਆ ਰਹੇ ਨੇ ਔਰ ਬੜੀ ਸਾਨੂੰ ਤਸੱਲੀ ਹੈ ਕਿਸੇ ਕਿਸਮ ਦੀ ਟੈਂਸ਼ਨ ਲੱਗੇ ਲੱਗੇ ਨਹੀਂ ਲੱਗੀ ਕਿਤੇ ਸਾਡੇ ਹਾਂਜੀ ਅੱਛਾ ਅੱਜ ਦੀ ਸਵੇਰ ਕਿਵੇਂ ਲੱਗੀ ਐ ਇਲੈਕਸ਼ਨਾਂ ਤੋਂ ਪਹਿਲਾਂ ਦੀ ਸਵੇਰ ਤੇ ਅੱਜ ਦੀ ਸਵੇਰ 'ਚ ਕੋਈ ਫਰਕ ਨਜ਼ਰ ਆਇਆ ਤੁਹਾਨੂੰ ਨਹੀਂ ਨੈਚੁਰਲੀ ਫਰਕ ਇਹ ਆ ਸਵੇਰੇ ਹੁੰਦਾ ਹੈ ਵੀ ਅੱਗੇ ਅਸੀਂ 7 ਵਜੇ ਮੂਵਮੈਂਟ 'ਚ ਹੁੰਦੇ ਸਾਂ ਉਸ ਵਕਤ ਤੇ 5 ਵਜੇ ਉੱਠੀਦਾ ਸੀ ਮਹਾਰਾਜ ਦਾ ਨਾਮ ਨੂੰ ਲਈਦਾ ਸੀ ਕਾਲਪੁਰਖ ਦਾ ਬਾਣੀ ਸੁਣੀਦੀ ਸੀ ਕਾ ਜਿਹੜੀ ਹਰਮੰਦਰ ਸਾਹਿਬ ਤੋਂ ਆਉਂਦੀ ਆ ਨਾਲ-ਨਾਲ ਤਿਆਰ ਹੋ ਜੀਦਾ ਸੀ ਤੇ ਚਾਲੇ ਪਾਦੀਦੇ ਸੀ ਅੱਜ ਇਹ ਸੀ ਕਿ ਅੱਜ ਚਾਲੇ ਪਾਉਣ ਵਾਲੀ ਗੱਲ ਕੋਈ ਨਹੀਂ ਸੀ ਅੱਜ ਉੱਠੇ ਵੀ ਰਾਮ ਨਾਲ 8 ਵਜੇ ਉੱਠੇ ਆ ਔਰ ਫੇਰ ਆਪਣਾ ਸਾਰਾ ਨਾਹ ਧੋ ਕੇ ਮਹਾਰਾਜ ਦਾ ਨਾਮ ਸੁਣ ਕੇ ਫੇਰ ਅਸੀਂ ਲਿਟਲ ਬਿਟ ਐਕਸਰਸਾਈਜ਼ ਕਰਕੇ ਤੇ ਫੇਰ ਅਸੀਂ ਉਹਨੇ ਜਿਹਨੂੰ ਸੰਗਤ ਆਉਣੀ ਸ਼ੁਰੂ ਹੋ ਗਈ ਨਾਲ ਉੱਠੇ ਆ ਚ ਮਤਲਬ ਕੀ ਨਾਲ ਉੱਠੇ ਆ ਔਰ ਇਹ ਗੱਲ ਜ਼ਰੂਰ ਆ ਕਿ ਆ ਜੋ ਭਜਾ ਭਜਾਈ ਵਾਲੀ ਜਿਹੜੀ ਹੁੰਦੀ ਹੈ ਨਾ ਵੀ ਇੰਨੇ ਵਜੇ ਫਰਾਂਸ ਤਾਂ ਪਹੁੰਚੀਏ ਉਹ ਅਜ ਟੈਨਸ਼ਨ ਨਹੀਂ ਸੀ ਰੋਦੀਨ ਸਿੰਘ ਜੀ ਸਭ ਇਲੈਕਸ਼ਨਾਂ ਦੇ ਦਰਮਿਆਨ ਅਸੀਂ ਦੇਖਿਆ ਕਿ ਬਹੁਤ ਸ਼ਡਿਊਲ ਆ ਜਿਹੜਾ ਬੀਜ਼ੀ ਹੋ ਜਾਂਦਾ ਇੱਕ ਨੇਤਾ ਦਾ ਫੈਮਲੀ ਨੂੰ ਟਾਈਮ ਮਿਲ ਪਾਂਦਾ ਚੰਗਾ ਖਾਣਾ ਨਹੀਂ ਮਿਲਦਾ ਹੈਗਾ ਟਾਈਮ ਤੇ ਖਾਣਾ ਨਹੀਂ ਮਿਲਦਾ ਇਹ ਚੀਜ਼ਾਂ ਨੂੰ ਹੁਣ ਤੁਸੀਂ ਕਿਵੇਂ ਦੇਖ ਰਹੇ ਹੋ ਅੱਜ ਦੇ ਟਾਈਮ ਦਨ ਦੇ ਦਰਸਲੇ ਆ ਵੀ ਬੇਸਿਕਲੀ ਤੇ ਵੇਖੋ ਪੋਲੀਟੀਕਲ ਬੰਦੇ ਦੀ ਲਾਈਫ ਜਿੰਨੇ ਕੰਮ ਕਰਨਾ ਆ ਜਿੰਨੇ ਲੋਕਾਂ ਬਾਰੇ ਚਿੰਤਾ ਤੋਂ ਰਹਿਣਾ ਆ ਉਹਦੀ ਤੇ ਵੇ ਹਾਲਵੇਜ ਹੀ ਹੁੰਦੀ ਆ ਮੈਂ ਤੇ ਸਾਰੀ ਲਾਈਫ ਵਿੱਚ ਜੀ ਸਵੇਰੇ ਉੱਠ ਕੇ ਨਿੱਕਾ ਮੋਟਾ ਜਾ ਨਾਸ਼ਤਾ ਕਰਕੇ ਤੇ ਲੋਕਾਂ ਵਾਲੇ ਬਣੇ ਤੁਰਪੀ ਦਾ ਸਾਰੀ ਦਿਹਾੜੀ ਫਿਰਦੇ ਰਹੀਦਾ ਜੇ ਜਾਂ ਫਿਰ ਰਾਤ ਨੂੰ ਆਣ ਕੇ ਕਿਤੇ ਜਾਂ ਚਾਚੂ ਸੱਜਣਾ ਮਿੱਤਰਾ ਕੋ ਪੀ ਲਈ ਕਿਤੇ ਥੋੜਾ ਬਹੁਤਾ ਫਰੂਟ ਦਾ ਟੋਕੜਾ ਟਕੜਾ ਦਾੜੀ ਜੀ ਖਾ ਲਈ ਦਾ ਤੇ ਉਤਰਾ ਹੁਣ ਮੈਂ ਸਮਝਣਾ ਵੀ 7.5 ਕਿਲੋ ਭਾਰ 2 ਮਹੀਨਿਆਂ ਦੇ ਵਿੱਚ ਘਟ ਗਿਆ ਇਹ ਭਜ ਨਸ ਦਾ ਹੀ ਨਤੀਜਾ ਆ ਕਿਉਂਕਿ ਫੂਡ ਜਿਹੜਾ ਉਹ ਲਿਮਟਿਡ ਹੀ ਰਾਤ ਨੂੰ ਹੀ ਦੋ ਫੁਰਕੇ ਕਿਤੇ ਖਾਈਦੇ ਸੀ ਚਲੋ ਇੱਕ ਐਕਸਰਸਾਈਜ਼ ਨਾਲ ਹੀ ਘਟਦਾ ਤਾਂ ਐਕਸਲੈਂਟ ਇਲੈਕਸ਼ਨਾਂ ਨੇ ਘਟਾਦਾ ਭਜ ਇਲੈਕਸ਼ਨ ਦੇ ਨਾਲ ਇਨਾ ਫਰਕ ਪਿਆ ਉਹ ਮੈਂ ਖੁਸ਼ ਆ ਕਿ ਮੈਨੂੰ ਡਾਟ ਕਹਿੰਦੇ ਸੀ ਤੁਸੀਂ ਹੋਰ ਘਟਾਓ ਤੇ ਕੁਝ ਕਰੋਨਾ ਨਾ ਘਟ ਗਿਆ ਹੈ ਕੁਝ ਇਲੈਕਸ਼ਨ ਨਾ ਘਟ ਗਿਆ ਹੁਣ ਹੋਰ ਹੋ ਵੀ ਠੀਕ ਹੁੰਦਾ ਜਾਂਦਾ ਕੋਈ 24 ਦੀ ਵੀ ਆ ਰਹੀ ਹੈ 24 ਤਾਂ ਅਜੇ ਦੂਰ ਪਈ ਹੈ ਜੀ ਹੁਣ ਇਹ ਖਰਚੇ ਤੁਸੀਂ ਬੜੇ ਵੇ ਸਮਝਾਣਾ ਹਾਂਜੀ ਕੋਈ ਐਸੀ ਗੱਲ ਨਹੀਂ ਕੀ ਖੁਸ਼ੀਆਂ ਹੀ ਖੁਸ਼ੀਆਂ ਨੇ ਕੋਈ ਐਸੀ ਪ੍ਰਮਾਤਮਾ ਚੰਗਾ ਕਰੇ ਕਿਰਪਾ ਕਰੇ ਅਦਾਸ ਕਰਦੇ ਆ ਸਰਕਾਰ ਆਪਣੀ ਬਰਦੀ ਆ ਮਕਬੂਰਨ ਮжоਰਿਟੀ ਨਾਲ ਸਰਕਾਰ ਬਣੇ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕੀਏ ਇਹ ਮੇਰੀ ਪ੍ਰਮਾਤਮਾ ਸardar sukhbir singh ਬਾਦ ਸਾਡੇ ਮੁੱਖ ਮੰਤਰੀ ਬਣ ਤੋ ਅਸੀਂ ਸ਼ਵੇਰ ਦਾ ਧੰਨਵਾਦ ਦਾ ਸਿਲਸਲਾ ਚੱਲਦਾ ਹੋਏਗਾ ਮੇਰੇ ਖਿਆਲ ਨਾਲ ਕਿ ਇਸ ਤਰ੍ਹਾਂ ਦਾ ਹੋ ਰਿਹਾ ਹੈ ਕਿ ਹੁਣ ਪਿੰਡ-ਪਿੰਡ ਜਾ ਕੇ ਹੋ ਰਿਹਾ ਜਾਂ ਫਿਰ ਘਰੇ ਆ ਰਹੇ ਲੋਕ ਅਜੇ ਤੇ ਘਰੇ ਕਰ ਰਹੇ ਪਿੰਡ-ਪਿੰਡ ਤੇ ਫਿਰ ਜਦੋਂ 10 ਤੋਂ ਬਾਅਦ ਜੱਟ ਨਿਕਲੂਗਾ ਜੋ ਉਸ ਤੋਂ ਪਿੱਛੇ ਅਸੀਂ ਅਗਲੇ ਪ੍ਰੋਗਰਾਮ ਬਣਾਵਾਂਗੇ ਤੇ ਅਜੇ ਤੇ ਲੋਕ ਆਪਣੀ ਆਪਣੀ ਰਿਪੋਰਟ ਆਪੋ ਆਪਣੀ ਬੂਤ ਦਾ ਵੇਰਵਾ ਸਾਰੇ ਦਾ ਸਾਰਾ ਕੱਲ ਅਸੀਂ ਬਹੁਤ ਸਾਰੇ ਬੂਤ ਵਿਜਿਤ ਕੀਤੇ ਤੇ ਅੱਜ ਵੀ ਹੁਣ ਅਸੀਂ ਹੁਣ ਆ ਲੋਕਾਂ ਦੀ ਵਿਆਪੋ ਆਪਣੀ ਰਿਪੋਰਟ ਅਸੈਸਮੈਂਟ ਦੋ ਤਰ੍ਹਾਂ ਬੰਦਿਆਂ ਤੋਂ ਲਓ ਤੇ ਤੁਹਾਨੂੰ ਸਹੀ ਅਸੈਸਮੈਂਟ ਮਿਲ ਜਾਂਦੀ ਆ ਉਹ ਠੀਕ ਆ ਜੋ ਸਾਡਾ ਪ੍ਰੋਸੀਜਰ ਆ ਪੁਰਾਣਾ ਤੁਰਿਆ ਆਉਂਦਾ ਜਿਹਦੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਕਦੀ ਓਵਰ ਕੌਨਫੀਡੈਂਸ ਨਹੀਂ ਹੋਏ ਓਵਰ ਐਸਟੀਮੇਟਡ ਨਹੀਂ ਹੋਏ ਪੂਰਾ ਸਿਸਟੇਮੈਟਿਕਲੀ ਕੈਲਕੂਲੇਟਿਵ ਮੂਵ ਦੇ ਨਾਲ ਚੱਲੀਦਾ ਤੇ ਕਾਮਯਾਬੀ ਮਿਲਦੀ ਆ ਤੇ ਐਤਕਾ ਵੀ ਬੜੀ ਕਾਮਯਾਬੀ ਪੂਰੇ ਪਰਮਾਤਮਾ ਦੀ ਕਿਰਪਾ ਨਾਲ ਮਿਲੇਗੀ ਰਿਜ਼ਲਟਾਂ ਲੈ ਕੇ ਮਾੜੀ-ਮੋਟੀ ਹੈ ਚਿੰਤਾ ਨਹੀਂ ਕੋਈ ਮੈਨੂੰ ਤੇ ਚਿੰਤਾ ਨਹੀਂ ਆਵੇਂ ਤੁਹਾਨੂੰ ਮੈਂ ਕਹਾਂ ਮੈਨੂੰ ਤੇ ਬਤਾਲੇ 'ਚ ਸੀ ਤੋ ਉੱਥੇ ਉਹ ਤੇ ਮੈਂ ਕੰਤ ਲਿਖਾਇਆ ਵੀ ਮੈਂ ਜਿਤਨਾ ਹਾਲਾਂਕਿ ਉਹ ਸੀਟ ਕਦੀ 17 ਸਾਲਾਂ ਦੀ ਕਦੀ ਕਾਲੀ ਦਲ ਤੱਕ ਹੀ ਸਰਦਾਰ ਕਹਿੰਨੇ ਜਿੱਤੀ ਨਹੀਂ ਬਟ ਆਪਣੇ ਆਪ ਤੇ ਭਰੋਸਾ ਹੋਵੇ ਨਾ ਜੀ ਫਿਰ ਤੁਹਾਡੀ ਚਿੰਤਾ ਲੱਗੇ ਨਹੀਂ ਉਹਦੀ ਜਦੋਂ ਤੁਸੀਂ ਭਰੋਸਾ ਗਲਤ ਕਰਦੇ ਆ ਜਾਂ ਆਵੇਂ ਓਵਰ ਐਸਟੀਮੇਟਡ ਰਹਿੰਦੇ ਆ ਫਿਰ ਹੁੰਦਾ ਅਦਰਵਾਈਜ਼ ਕੋਈ ਅਸੀ ਗੱਲ ਨਹੀਂ ਕਦੀ ਵੀ ਇਸ ਤਰ੍ਹਾਂ ਦਾ ਦਿਮਾਗ ਨਹੀਂ ਆ ਪਰਮਾਤਮਾ ਤੇ ਪੂਰਨ ਭਰੋਸਾ ਹੈ ਤੇ ਮਨ ਦੇ ਵਿੱਚ ਪੂਰਾ ਕੌਨਫੀਡੈਂਟ ਆ ਜੇ ਜੋ ਉਹਨੇ ਕਰਨਾ ਠੀਕ ਕਰਨਾ ਤੇ ਆਪਣੇ ਵੱਲੋਂ ਪੂਰਾ ਭਰੋਸਾ ਕਿ ਕਦੀ ਗਲਤ ਕੀਤਾ ਨਹੀਂ ਹਰ ਇੱਕ ਦੀ ਸੇਵਾ ਕੀਤੀ ਆ ਕਿਸੇ ਨਾਲ ਮਾੜਾ ਨਹੀਂ ਕਦੀ ਕੀਤਾ ਔਰ ਨਾ ਹੀ ਕਿਸੇ ਕਿਸਮ ਦਾ ਕੋਈ ਐਸਾ ਕੰਮ ਕਰੀਦਾ ਜਿਹਦੇ ਨਾਲ ਸਾਡੀ ਆਤਮਾ ਨੂੰ ਪਛਤਾਵਾ ਹੋਵੇ ਇਸ ਕਰਕੇ ਕੋਈ ਐਸੀ ਗੱਲ ਨਹੀਂ ਬੜੀ ਖੁਸ਼ ਹੈ ਜ਼ਿੰਦਗੀ ਸੈਟੀਸਫਾਈਡ ਜ਼ਿੰਦਗੀ ਆ ਹਾਂ ਇਸ ਬਹੁਤ ਬਹੁਤ ਸ਼ੁਕਰੀਆ ਸੋ ਲਖਵੀਰ ਸਿੰਘ ਲੋਧੀ ਨੰਗਲ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਕਿਹਾ ਕਿ ਅੱਜ ਦੀ ਜਿਹੜੇ ਫੁਰਸਤ ਦੇ ਪਾਲ ਨੇ ਉਹ ਆਪਣੇ ਆਗੂ ਨਾਲ ਬਿਤਾਏ ਜਾ ਰਹੇ ਨੇ ਅਤੇ ਲੋਕਾਂ ਦੇ ਨਾਲ ਜਿਹੜਾ ਉਹ ਫੁਰਸਤ ਦੇ ਪਲ ਨੇ ਜਿਹੜੇ ਉਹ ਕੱਢ ਰਹੇ ਨੇ ਫਿਲਹਾਲ 10 ਮਾਰਚ ਨੂੰ ਕੀ ਰੁਝਾਨ ਰਹਿਣ ਵਾਲੇ ਨੇ ਇਹ ਵੇਖਣਾ ਵਿਸ਼ੇ ਦੀ ਅਹਿਮ ਹੋਵੇਗਾ ਵੀਡੀਓ ਜਰਨਲਿਸਟ ਧਰਮ ਦੇ ਨਾਲ ਮੈਂ ਸੰਫੇ ਸਿੰਘ ਫਤਿਹਗੜ ਚੂੜੀਆ